ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਰਸੋਈ 'ਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਅੱਜ ਅਸੀਂ ਬਣਾਵਾਂਗੇ ਘਰ ਦੇ ਵਿੱਚ ਖੋਏ ਵਾਲੀ ਬਰਫੀ। ਖੋਏ ਵਾਲੀ ਬਰਫੀ ਬਣਾ ਕੇ ਵਧੀਆ ਤਰੀਕੇ ਨਾਲ ਤਿਆਰ ਕਰਾਂਗੇ, ਬਹੁਤ ਹੀ ਟੇਸਟੀ ਲੱਗਦੀ ਹੈ। ਕੋਈ ਵੀ ਜਦੋਂ ਤਿਉਹਾਰ ਆਵੇ ਤੁਸੀਂ ਘਰ ਦੇ ਵਿੱਚ ਬਣਾ ਕੇ ਖਾ ਸਕਦੇ ਹੋ। ਅਤੇ ਆਓ ਦੇਖੀਏ ਖੋਏ ਦੀ ਬਰਫੀ ਕਿਵੇਂ ਬਣਦੀ ਹੈ ਅਤੇ ਉਹਦੇ ਵਿੱਚ ਸਾਨੂੰ ਕਿਹੜੀ ਕਿਹੜੀ ਚੀਜ਼ਾਂ ਚਾਹੀਦੀਆਂ ਉਹ ਆਪਾਂ ਇੱਕ ਵਾਰ ਦੇਖ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰਸੋਈ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਅੱਜ ਅਸੀਂ ਬਣਾਉਣ ਲੱਗੇ ਘਰ ਵਿੱਚ ਬਰਫੀ ਤਿਆਰ ਕਰਾਂਗੇ, ਖੋਏ ਵਾਲੀ ਬਰਫੀ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ। ਸਭ ਤੋਂ ਪਹਿਲਾਂ ਤਾਂ ਇਹਦੇ ਲਈ ਸਾਨੂੰ ਚਾਹੀਦਾ ਖੋਇਆ। ਖੋਇਆ ਆਪਾਂ 1.5 ਭਾ ਖੋਇਆ ਲਿਆ ਹੈ। ਖੋਏ ਨੂੰ ਮੈਂ ਘਰ ਹੀ ਬਣਾ ਕੇ ਤਿਆਰ ਕੀਤਾ ਹੋਇਆ। ਕੋਕੋਨਟ ਚਾਹੀਦੀ 1 ਕੌਲੀ, ਅੱਧੀ ਕੌਲੀ ਸਾਨੂੰ ਚੀਨੀ ਨਹੀਂ ਚਾਹੀਦੀ। ਚੀਨੀ ਆਪਾਂ ਖੋਏ ਦੇ ਵਿੱਚ ਘੱਟ ਪਾਉਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਖੋਇਆ ਵੀ ਮਿੱਠਾ ਹੈ ਅਤੇ ਇਹ ਬੂਰਾ ਵੀ ਮਿੱਠਾ ਹੈ ਕੋਕੋਨਟ ਵੀ। ਅਤੇ ਚੀਨੀ 'ਚ ਥੋੜ੍ਹੀ ਪਾਵਾਂਗੇ ਆਪਾਂ, ਅਤੇ ਥੋੜ੍ਹਾ ਦੇਸੀ ਘਿਓ ਚਾਹੀਦਾ ਅਤੇ ਹਰੀ ਇਲਾਚੀ ਇਹਦਾ ਪਾਊਡਰ ਚਾਹੀਦਾ। ਅਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ। ਗੈਸ ਆਨ ਕਰ ਲਿਆ, ਪੈਨ ਰੱਖ ਲਿਆ ਆਪਾਂ। ਹੁਣ ਤਾਂ ਦੇਸੀ ਘਿਓ ਪਾਉਂਦੇ ਹਾਂ ਥੋੜ੍ਹਾ ਜਿਹਾ। ਦੇਸੀ ਘਿਓ ਜ਼ਿਆਦਾ ਨਹੀਂ ਪਾਉਣਾ, ਥੋੜ੍ਹਾ ਹੀ ਪਾਉਣਾ। ਘਿਓ ਸਾਡਾ ਪਿਘਲ ਗਿਆ, ਇਹਨੂੰ ਆਪਾਂ ਜ਼ਿਆਦਾ ਗਰਮ ਨਹੀਂ ਕਰਨਾ, ਬਿਲਕੁਲ ਇਹਨੂੰ ਪਿਘਲਾਉਣਾ ਹੀ। ਆਪਾਂ ਕੋਕੋਨਟ ਪਾ ਦਿੰਦੇ ਹਾਂ। ਤੋਂ ਆਪਾਂ ਨੂੰ 2-3 ਮਿੰਟ ਹਲਕੇ ਹਲਕੇ ਅੱਗ 'ਤੇ ਭੁੰਨਣਾ ਇਹਨੂੰ, ਕਿਉਂ ਜ਼ਿਆਦਾ ਆਪਾਂ ਅੱਗ ਤੇਜ਼ ਨੂੰ ਕਰਾਂਗੇ ਤਾਂ ਫਿਰ ਇਹ ਸੜ ਜਾਏਗਾ ਅਤੇ ਇਹਦੇ 'ਚ ਬਹੁਤ ਜਲਦੀ ਤੁਹਾਨੂੰ ਪਤਾ ਤੇਲ ਨਿਕਲ ਜਾਂਦਾ। 1-2 ਮਿੰਟ ਹੋ ਗਿਆ, ਦੇਖ ਲਓ ਇਹਦਾ ਕਲਰ ਚੇਂਜ ਹੋ ਗਿਆ, ਪੀਲਾ ਹੋ ਗਿਆ, ਇਹ ਭੁੱਜ ਕੇ ਤਿਆਰ ਹੋ ਗਿਆ। ਅਤੇ ਹੁਣ ਆਪਾਂ ਇਹਦੇ 'ਚ 2-3 ਚਮਚੇ ਦੁੱਧ ਦੇ ਪਾ ਲਾਂਗੇ, ਦੁੱਧ ਮਿਲਕ। ਜ਼ਿਆਦਾ ਤੇਜ਼ ਤਾਂ ਨਹੀਂ ਇਹਨੂੰ ਭੁੰਨਣਾ ਹੈਗਾ, 4 ਚਮਚ ਛੋਟੇ। ਕਿ ਜਿਹੜਾ ਦੁੱਧ ਪਾਇਆ ਨਾ, ਦੁੱਧ ਨਾਲ ਥੋੜ੍ਹਾ ਜਿਹਾ ਨਾਰੀਆ ਦੇਣਾ, ਸੌਫਟ ਜਿਹਾ ਹੋ ਜਾਏ। ਇਲਾਚੀ ਪਾਊਡਰ, ਹੁਣ ਆਪਾਂ ਇਹਦੇ 'ਚ ਖੋਇਆ ਐਡ ਕਰ ਲੈਣਾ। ਦੇਖੋ ਖੋਏ ਦਾ ਰੰਗ ਕਿੰਨਾ ਸੋਹਣਾ ਕਲਰ ਹੈ, ਘਰ ਦਾ ਖੋਇਆ ਬਣਾ ਕੇ ਤਿਆਰ ਕੀਤਾ ਹੈ ਅਤੇ ਕਲਰ ਕਿੰਨਾ ਸੋਹਣਾ ਹੈ। ਦੇਖੋ ਹੁਣ ਆਪਾਂ ਨੂੰ ਹੌਲੀ ਹੌਲੀ ਮਿਕਸ ਕਰਨਾ, ਇਹਨੇ ਹੌਲੀ ਹੌਲੀ ਘੁਲਣਾ ਹੈ ਖੋਏ ਨੇ ਗਰਮ ਹੋ ਕੇ, ਕਿਉਂਕਿ ਇਹਨੂੰ ਫਰਿੱਜ 'ਚ ਰੱਖਿਆ ਸੀ ਮੈਂ, ਰਾਤੀ ਖੋਇਆ ਮਾਰਿਆ ਸੀ, ਘਰ ਹੀ ਬਣਾ ਕੇ ਤਿਆਰ ਕੀਤਾ ਸੀ ਅਤੇ ਫਰਿੱਜ 'ਚ ਰੱਖਿਆ ਤਾਂ ਠੰਡਾ ਹੈ, ਅਤੇ ਇਸ ਕਰਕੇ ਹੁਣ ਹਲਕੀ ਹਲਕੀ ਅੱਗ 'ਤੇ ਇਹ ਨਰਮ ਹੋਏਗਾ। ਖੋਇਆ ਸਾਡਾ ਮਿਕਸ ਹੋ ਗਿਆ, ਹੁਣ ਆਪਾਂ ਇਹਦੇ 'ਚ 4-5 ਚਮਚੇ ਚੀਨੀ ਦੇ ਪਾਉਂਦੇ ਹਾਂ। 2-3-4 ਪਾ ਕੇ ਦੇਖ ਲੈਂਦੇ ਹਾਂ, ਫਿਰ ਆਪਾਂ ਚੈੱਕ ਕਰ ਲਵਾਂਗੇ। ਜ਼ਿਆਦਾ ਨਾ ਮਿੱਠਾ ਹੋਏ, ਜ਼ਿਆਦਾ ਹੋਵੇ ਫਿਰ ਸਵਾਦ ਨਹੀਂ ਲੱਗਦਾ। ਦੇਖ ਲਓ ਹੁਣ ਬਰਫੀ ਆਪਣਾ ਕਲਰ ਦੇਣ ਲੱਗ ਗਈ, ਬਰਫੀ ਦਾ ਕਲਰ ਆਉਣ ਲੱਗ ਗਿਆ। ਦੇਖੋ ਨਾ ਇਹ ਸਾਡੇ ਇੱਥੇ ਖੋਇਆ ਘੱਟ ਬਹੁਤ ਮਿਲਦਾ ਨਾ, ਅਤੇ ਇਸ ਕਰਕੇ ਮੈਂ ਘਰ ਹੀ ਬਣਾ ਕੇ ਤਿਆਰ ਕੀਤਾ ਹੋਇਆ। 4 ਮਿੰਟਾਂ 'ਚ ਬਣ ਕੇ ਤਿਆਰ ਹੋ ਜਾਂਦੀ ਖੋਇਆ ਹੋਵੇ ਤਾਂ, ਜ਼ਿਆਦਾ ਟਾਈਮ ਨਹੀਂ ਲੱਗਦਾ। ਪਲੇਟ ਦੇ ਵਿੱਚ ਦੇਸੀ ਘਿਓ ਲਾ ਦਿੰਦੇ ਹਾਂ ਥੋੜ੍ਹਾ ਜਿਹਾ, ਹੁਣ ਆਪਾਂ ਪਲੇਟ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਜਮਾ ਦਿੰਦੇ ਹਾਂ ਸਹੀ ਕਰਕੇ। ਦੇਖ ਲਓ ਜੇ ਕੱਟ ਕੇ ਠੰਡੀ ਹੋ ਗਈ, ਫਿਰ ਚੋਕੋ ਵਾਸਤੇ ਆਪਾਂ ਚੋਕੋ ਵਾਲਾ ਫਿਰ ਇਹਦੇ ਉੱਪਰ ਡਿਜ਼ਾਇਨ ਬਣਾਵਾਂਗੇ ਤੁਹਾਡਾ ਬਰਫੀ ਵਾਲਾ, ਕਿ ਬੱਚੇ ਵੀ ਖੁਸ਼ ਹੋ ਕੇ ਖਾ ਲੈਣਗੇ ਛੋਟੇ ਬੱਚੇ ਹੋਣ 'ਤੇ ਦੇਖ ਕੇ। ਦੇਖ ਉਹਨੂੰ ਚੰਗੀ ਲੱਗੀ ਹੋਈ ਫਿਰ ਆਪੇ ਬੱਚੇ ਕਹਿਣਗੇ ਆਪਾਂ ਵੀ ਖਾਣੀ। ਹੁਣ ਆਪਾਂ ਨੂੰ ਘੰਟੇ ਲਈ ਫਰਿੱਜ 'ਚ ਰੱਖ ਦਿੰਦੇ ਹਾਂ, ਜਲਦੀ ਹੋ ਜਾਏਗਾ, ਨਹੀਂ ਤਾਂ ਟਾਈਮ ਬਹੁਤ ਲੱਗ ਜਾਂਦਾ ਨਾ, ਅਤੇ ਉਹ ਟਾਈਮ ਇਸ ਕਰਕੇ ਲੱਗ ਜਾਂਦਾ ਗਰਮੀ, ਅਤੇ ਗਰਮੀ ਦੇ ਵਿੱਚ ਬਾਹਰ ਟਾਈਮ ਬਹੁਤ ਲੱਗਦਾ, ਅਤੇ ਇਹਨੂੰ 1 ਘੰਟੇ ਲਈ ਫਰਿੱਜ 'ਚ ਰੱਖ ਦਿੰਦੇ ਹਾਂ ਆਪਾਂ। ਚਲੋ ਬਰਫੀ ਜੰਮ ਕੇ ਆਪਣੀ ਤਿਆਰ ਹੋ ਗਈ ਹੈ, ਕਿੰਨੀ ਵਧੀਆ ਤਿਆਰ ਹੋਈ ਹੈ ਖੋਏ ਔਰ ਨਾਰੀਅਲ ਦੀ, ਅਤੇ ਤੁਸੀਂ ਵੀ ਜ਼ਰੂਰ ਐਸੀ ਤਰੀਕੇ ਨਾਲ ਟਰਾਈ ਕਰਨੀ ਹੋ। ਖੋਏ ਦੀ ਬਰਫੀ ਤਾਂ ਵੈਸੇ ਹੀ ਤੁਹਾਨੂੰ ਪਤਾ ਹੀ ਹੈ ਸਭ ਨੂੰ, ਘਰ ਦਾ ਖੋਇਆ ਬਣਿਆ ਹੋਵੇ ਤਾਂ ਬਰਫੀ ਵੈਸੇ ਹੀ ਸਵਾਦ ਲੱਗਦੀ। ਦੇਖੋ ਖੋਏ ਵਾਲੀ ਬਰਫੀ ਬਣ ਕੇ ਆਪਣੀ ਤਿਆਰ ਹੋ ਗਈ ਹੈ, ਅਤੇ ਬਹੁਤ ਹੀ ਵਧੀਆ ਬਣੀ ਹੈ, ਅਤੇ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਇਓ ਅਤੇ ਖਾਇਓ। ਜੇ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਬੈਲ ਦਾ ਬਟਨ ਜ਼ਰੂਰ ਕਲਿੱਕ ਕਰ ਦਿਆ ਕਰੋ, ਕੋਈ ਵੀ ਆਪਾਂ ਨਵੀਂ ਰੈਸਪੀ ਬਣਾਈਏ ਤੁਹਾਨੂੰ ਜਾਣਕਾਰੀ ਮਿਲੇ ਸਭ ਤੋਂ ਪਹਿਲਾਂ ਦੇਖਣ ਲਈ, ਅਤੇ ਦੇਖ ਕੇ ਜ਼ਰੂਰ ਟਰਾਈ ਕਰਿਓ। ਅਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਬਾਏ।